75 ਸਾਲ ਪਹਿਲਾਂ 6 ਅਤੇ 9 ਅਗਸਤ ਨੂੰ ਜਾਪਾਨ ਦੇ ਹਿਰੋਸ਼ਿਮਾ ਅਤੇ ਨਾਗਾਸਾ키 ਸ਼ਹਿਰਾਂ ਤੇ ਅਮਰੀਕਾ ਨੇ ਪਰਮਾਣੂ ਬੰਬਾਂ ਨਾਲ ਹਮਲਾ ਕੀਤਾ ਸੀ। ਅਜੇ ਹਮੰਨਿਆ ਜਾਂਦਾ ਹੈ ਕਿ ਇਸ ਹਮਲੇ ਵਿੱਚ ਹਿਰੋਸ਼ਿਮਾ ਦੀ 3.5 ਲੱਖ ਦੀ ਆਬਾਦੀ ਵਿੱਚੋਂ ਕਰੀਬ 1.4 ਲੱਖ ਲੋਕ ਮਾਰੇ ਗਏ ਸਨ। ਦੂਜੇ ਪਾਸੇ ਨਾਗਾਸਾ키 ਵਿੱਚ ਕਰੀਬ 74 ਹਜ਼ਾਰ ਲੋਕ ਮਾਰੇ ਗਏ। ਇਸ ਬੰਬਾਰੀ ਨੇ ਏਸ਼ੀਆ ਵਿੱਚ ਦੂਜੇ ਵਿਸ਼ਵ ਜੰਗ ਨੂੰ ਅਚਾਨਕ ਖਤਮ ਕਰ ਦਿੱਤਾ ਸੀ। ਜਾਪਾਨ ਨੇ 14 ਅਗਸਤ 1945 ਨੂੰ ਆਤਮ ਸਮਰਪਣ ਕਰ ਦਿੱਤਾ ਸੀ। ਪਰ ਆਲੋਚਕ ਕਹਿੰਦੇ ਨੇ ਕਿ ਜਾਪਾਨ ਪਹਿਲਾਂ ਤੋਂ ਹੀ ਸਰੈਂਡਰ ਕਰਨ ਦੀ ਕਗਾਰ ਤੇ ਸੀ ਇਸ ਬੰਬਾਰੀ ਵਿੱਚ ਜ਼ਿੰਦਾ ਬਚੇ ਲੋਕਾਂ ਨੂੰ ਹਿਬਾਕੁਸ਼ਾ ਕਿਹਾ ਜਾਂਦਾ ਹੈ ਜ਼ਿੰਦਾ ਬਚੇ ਲੋਕਾਂ ਨੂੰ ਪਰਮਾਣੂ ਬੰਬ ਦੇ ਹਮਲੇ ਤੋਂ ਬਾਅਦ ਸ਼ਹਿਰਾਂ ਵਿੱਚ ਰੇਡੀਏਸ਼ਨ ਅਤੇ ਮਨੋਵਿਗਿਆਨੀ ਮੁਸ਼ਕਲਾਂ ਤੋਂ ਗੁਜ਼ਰਨਾ ਪਿਆ ਬ੍ਰਿਟੇਨ ਦੇ ਫੋਟੋ ਜਰਨਲਿਸਟ ਲੀ ਕੈਰਨ ਸਟੋ ਦੀ ਖਾਸੀਅਤ ਇਤਿਹਾਸ ਦੀਆਂ ਅਹਿਮ ਘਟਨਾਵਾਂ ਦੀ ਗਵਾਹ ਰਹੀਆਂ ਔਰਤਾਂ ਦੀਆਂ ਕਹਾਣੀਆਂ ਪੇਸ਼ ਕਰਨ ਵਿੱਚ ਹੈ ਸਟੋ ਨੇ 75 ਸਾਲ ਪਹਿਲਾਂ ਪਰਮਾਣੂ ਬੰਬ ਹਮਲੇ ਵਿੱਚ ਜ਼ਿੰਦਾ ਬਚੀਆਂ ਤਿੰਨ ਔਰਤਾਂ ਦੇ ਫੋਟੋ ਲਏ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਇਸ ਆਰਟੀਕਲ ਵਿੱਚ ਕੁਝ ਗੱਲਾਂ ਅਜਹੀਆਂ ਨੇ ਜਿਸ ਨਾਲ ਤੁਸੀਂ ਪਰੇਸ਼ਾਨ ਹੋ ਸਕਦੇ ਹੋ ਤੇਰੂਕੋ ਉਏਨੋ ਤੇਰੂਕੋ 15 ਸਾਲ ਦੀ ਸੀ ਜਦੋਂ 6 ਅਗਸਤ 1945 ਵਿੱਚ ਹਿਰੋਸ਼ਿਮਾ ਵਿੱਚ ਹੋਏ ਪਰਮਾਣੂ ਹਮਲੇ ਵਿੱਚ ਜ਼ਿੰਦਾ ਬਚ ਗਈ ਬੰਬਾਰੀ ਵੇਲੇ ਤੇਰੂਕੋ ਹਿਰੋਸ਼ਿਮਾ ਰੈੱਡ ਕਰਾਸ ਹਸਪੀਟਲ ਵਿੱਚ ਨਰਸਿੰਗ ਸਕੂਲ ਵਿੱਚ ਦੂਜੇ ਸਾਲ ਵਿੱਚ ਸੀ ਬਲਾਸਟ ਤੋਂ ਬਾਅਦ ਹਸਪਤਾਲ ਦੀ ਡੋਰਮਟਰੀ ਵਿੱਚ ਅੱਗ ਲੱਗ ਗਈ ਤੇਰੂਕੋ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਕਈ ਸਾਥੀ ਵਿਦਿਆਰਥੀ ਸੜ ਕੇ ਮਰ ਚੁੱਕੇ ਸਨ ਹਮਲੇ ਤੋਂ ਬਾਅਦ ਦੇ ਹਫ਼ਤਿਆਂ ਵਿੱਚ ਉਹਨਾਂ ਦੀ ਯਾਦਦਾਸ਼ ਸਿਰਫ ਇੰਨੀ ਹੈ ਕਿ ਉਹਨਾਂ ਨੇ ਦਿਨ ਰਾਤ ਜ਼ਖਮੀ ਲੋਕਾਂ ਦਾ ਇਲਾਜ ਕੀਤਾ ਜਦਕਿ ਉਹਨਾਂ ਕੋਲ ਖਾਣ ਪੀਣ ਦੀਆਂ ਬਸਤਾਂ ਨਾ ਦੇ ਬਰਾਬਰ ਸਨ ਗ੍ਰੈਜੂਏਸ਼ਨ ਤੋਂ ਬਾਅਦ ਤੇਰੂ ਕੋ ਹਸਪਤਾਲ ਵਿੱਚ ਕੰਮ ਕਰਦੀ ਰਹੀ ਅਤੇ ਸਕਿਨ ਗ੍ਰਾਫਟ ਦੇ ਆਪਰੇਸ਼ਨਾਂ ਵਿੱਚ ਮਦਦ ਕੀਤੀ ਮਰੀਜ਼ ਦੇ ਪੱਟਾਂ ਤੋਂ ਖੱਲ ਲੈ ਕੇ ਜ਼ਖਮੀ ਥਾਂ ਤੇ ਗ੍ਰਾਫਟ ਕੀਤਾ ਜਾਂਦਾ ਸੀ ਬਾਅਦ ਵਿੱਚ ਉਹਨਾਂ ਦਾ ਵਿਆਹ ਤਸਯੂਕੀ ਨਾਲ ਹੋਇਆ ਜੋ ਖੁਦ ਵੀ ਪਰਮਾਣੂ ਹਮਲਿਆਂ ਵਿੱਚ ਜ਼ਿੰਦਾ ਬਚ ਗਏ ਸਨ ਜਦੋਂ ਤੇਰੂ ਕੋ ਗਰਭਵਤੀ ਹੋਈ ਤਾਂ ਉਹਨਾਂ ਨੂੰ ਚਿੰਤਾ ਹੋਈ ਕਿ ਉਹਨਾਂ ਦਾ ਬੱਚਾ ਸਿਹਤਮੰਦ ਪੈਦਾ ਹੋਏਗਾ ਜਾਂ ਨਹੀਂ ਜਾਂ ਫਿਰ ਜ਼ਿੰਦਾ ਵੀ ਬਚੇਗਾ ਜਾਂ ਨਹੀਂ ਉਹਨ अदिति ਤੋਂ ਮੋਕੋ ਪੈਦਾ ਹੋਈ ਉਸ ਦੀ ਸਿਹਤ ਚੰਗੀ ਸੀ ਉਹ ਕਹਿੰਦੇ ਨੇ ਮੈਨੂੰ ਨਰਕ ਦੇ ਬਾਰੇ ਤਾਂ ਨਹੀਂ ਪਤਾ ਪਰ ਜਿੰਨਾ ਚੀਜ਼ਾਂ ਤੋਂ ਅਸੀਂ ਗੁਜ਼ਰੇ ਉਹ ਨਰਕ ਤੋਂ ਘੱਟ ਨਹੀਂ ਸੀ ਅਜਿਹਾ ਫਿਰ ਕਦੇ ਨਹੀਂ ਹੋਣਾ ਚਾਹੀਦਾ ਉਹ ਅੱਗੇ ਕਹਿੰਦੇ ਨੇ ਕਿ ਪਰਮਾਣੂ ਹਥਿਆਰਾਂ ਨੂੰ ਖਤਮ ਕਰਨ ਦੀ ਦਿਸ਼ਾ ਵਿੱਚ ਪਹਿਲ ਕਦਮੀ ਸਥਾਨਕ ਸਰਕਾਰਾਂ ਅਤੇ ਆਗੂਆਂ ਨੂੰ ਕਰਨੀ ਚਾਹੀਦੀ ਹੈ ਐਮੀਕੋ ਓਕਾਡਾ ਐਮੀਕੋ ਉਸ ਵੇਲੇ 8 ਸਾਲ ਦੀ ਸੀ ਜਦੋਂ ਹਿਰੋਸ਼ਿਮਾ ਤੇ ਪਰਮਾਣੂ ਬੰਬ ਡੇਗਿਆ ਗਿਆ। ਉਹਨਾਂ ਦੀ ਵੱਡੀ ਭੈਣ ਮੀਕੋ ਅਤੇ 4 ਹੋਰ ਰਿਸ਼ਤੇਦਾਰ ਇਸ ਵਿੱਚ ਮਾਰੇ ਗਏ। ਐਮੀਕੋ ਅਤੇ ਉਹਨਾਂ ਦੇ ਪਰਿਵਾਰ ਦੇ ਕਈ ਫੋਟੋਗ੍ਰਾਫ ਬਰਬਾਦ ਹੋ ਗਏ। ਕੁਝ ਤਸਵੀਰਾਂ ਜੋ ਕਿ ਉਹਨਾਂ ਦੇ ਰਿਸ਼ਤੇਦਾਰਾਂ ਦੇ ਕੋਲ ਰੱਖੀਆਂ ਸਨ ਉਹ ਬਚ ਗਈਆਂ। ਇਹਨਾਂ ਵਿੱਚੋਂ ਕੁਝ ਤਸਵੀਰਾਂ ਉਹਨਾਂ ਦੀ ਭੈਣ ਦੀਆਂ ਵੀ ਸਨ। ਐਮੀਕੋ ਕਹਿੰਦੇ ਨੇ ਕਿ ਉਹਨਾਂ ਦੀ ਭੈਣ ਉਸ ਸਵੇਰ ਕਰੋ ਇੱਕ ਇਹ ਕਹਿ ਕੇ ਨਿਕਲੀ ਕਿ ਬਾਅਦ ਵਿੱਚ ਮਿਲਦੀਆਂ। ਉਹ ਸਿਰਫ 12 ਸਾਲ ਦੀ ਸੀ ਪਰ ਉਹ ਕਦੇ ਵਾਪਸ ਨਹੀਂ ਪਰਤੀ। ਕਿਸਨੂੰ ਨਹੀਂ ਪਤਾ ਉਸਨਾਲ ਕੀ ਹੋਇਆ ਐਮੀਕੋ ਅੱਗੇ ਦੱਸਦੇ ਨੇ ਕਿ ਮੇਰੇ ਮਾਪੇ ਪੂਰੀ ਤਾਕਤ ਨਾਲ ਮੇਰੀ ਭੈਣ ਨੂੰ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਪਰ ਉਸਦੀ ਲਾਸ਼ ਕਦੇ ਨਹੀਂ ਮਿਲੀ ਹਾਲਾਂਕਿ ਉਹਨਾਂ ਦਾ ਕਹਿਣਾ ਹੈ ਕਿ ਉਹ ਵੀ ਕਿਤੇ ਜ਼ਿੰਦਾ ਹੋ ਸਕਦੀ ਹੈ ਐਮੀਕੋ ਦੀ ਮਾਂ ਉਸ ਵੇਲੇ ਗਰਭਵਤੀ ਸਨ ਪਰ ਉਹਨਾਂ ਦਾ ਗਰਭਪਾਤ ਹੋ ਗਿਆ ਉਹਨਾਂ ਕੋਲ ਖਾਣ ਲਈ ਕੁਝ ਵੀ ਨਹੀਂ ਸੀ ਅਤੇ ਰੇਡੀਏਸ਼ਨ ਬਾਰੇ ਵੀ ਕੁਝ ਪਤਾ ਨਹੀਂ ਸੀ ਐਮੀਕੋ ਦੱਸਦੇ ਨੇ ਕਿ ਉਸ ਵੇਲੇ ਖਾਣੇ ਦਾ ਜੁਗਾੜ ਕਰਨਾ ਸਭ ਤੋਂ ਵੱਡੀ ਪਰੇਸ਼ਾਨੀ ਸੀ ਲੋਕ ਚੋਰੀ ਕਰਨ ਲੱਗ ਗਏ ਸਨ ਪਾਣੀ ਚੰਗਾ ਲੱਗਦਾ ਸੀ ਲੋਕਾਂ ਨੇ ਇਸੇ ਤਰ੍ਹਾਂ ਹੀ ਕਈ ਦਿਨ ਕੱਟੇ ਅਮੀਕੋ ਕਹਿੰਦੇ ਨੇ ਕਿ ਮੇਰੇ ਬਾਲ ਡਿੱਗਣੇ ਸ਼ੁਰੂ ਹੋ ਗਏ ਥਕਾਵਟ ਵੀ ਰਹਿਣ ਲੱਗੀ ਤੇ ਹਮੇਸ਼ਾ ਸੁੱਤੀ ਰਹਿੰਦੀ ਸੀ 12 ਸਾਲ ਬਾਅਦ ਉਹਨਾਂ ਨੂੰ ਐਪਲਾਸਟਿਕ ਐਨੀਮੀਆ ਬਿਮਾਰੀ ਨਿਕਲੀ ਅਮੀਕੋ ਕਹਿੰਦੇ ਨੇ ਕਿ ਹਰ ਸਾਲ ਕੁਝ ਪਲ ਅਜਿਹੇ ਆਉਂਦੇ ਨੇ ਜਦੋਂ ਸੂਰਜ ਢਲਣ ਵੇਲੇ ਅਸਮਾਨ ਸੁਰਖ ਲਾਲ ਹੋ ਜਾਂਦਾ ਹੈ ਇੰਨਾ ਲਾਲ ਕਿ ਲੋਕਾਂ ਦੇ ਚਿਹਰੇ ਲਾਲ ਹੋਣ ਲੱਗਦੇ ਨੇ ਉਸ ਵੇਲੇ ਪਰਮਾਣੂ ਬੰਬ ਹਮਲੇ ਦੇ ਦਿਨ ਦੀ ਸ਼ਾਮ ਦੀ ਯਾਦ ਆ ਜਾਂਦੀ ਹੈ ਐਮੀਕੋ ਕਹਿੰਦੇ ਨੇ ਕਿ ਤਿੰਨ ਦਿਨ ਅਤੇ ਤਿੰਨ ਰਾਤਾਂ ਤੱਕ ਸ਼ਹਿਰ ਜਲਦਾ ਰਿਹਾ। ਮੈਨੂੰ ਸੂਰਜ ਡਲਣ ਤੋਂ ਨਫ਼ਰਤ ਹੈ। ਰੀਕੋ ਉਸ ਸਵੇਰੇ ਹਵਾਈ ਹਮਲੇ ਦੀ ਚੇਤਾਵਨੀ ਜਾਰੀ ਹੋਈ ਸੀ। ਇਸ ਵਜ੍ਹਾ ਨਾਲ ਰੀਕੋ ਘਰ ਹੀ ਰੁਕ ਗਈ। ਜਦੋਂ ਇਹ ਲੱਗਾ ਕਿ ਸਭ ਠੀਕ ਹੈ ਤਾਂ ਉਹ ਗਵਾਂਡ ਦੇ ਮੰਦਰ ਚਲੀ ਗਈ ਜਿੱਥੇ ਉਹਨਾਂ ਦੇ ਗਵਾਂਡ ਦੇ ਬੱਚੇ ਪੜਨਾਇਆ ਕਰਦੇ ਸਨ। ਬਾਰ-ਬਾਰ ਹਵਾਈ ਹਮਲਿਆਂ ਦੀ ਚੇਤਾਵਨੀ ਦੇ ਚੱਲਦਿਆਂ ਬੱਚੇ ਸਕੂਲ ਜਾਣ ਦੀ ਥਾਂ ਮੰਦਰ ਵਿੱਚ ਪੜਨ ਲਈ ਇਕੱਠਾ ਹੋਣ ਲੱਗੇ। 40 ਮਿੰਟ ਬਾਅਦ ਅਧਿਆਪਕਾ ਨੇ ਛੁੱਟੀ ਕਰ ਦਿੱਤੀ ਅਤੇ ਰੀਕੋ ਘਰ ਆ ਗਈ। ਰੀਕੋ ਕਹਿੰਦੇ ਨੇ ਕਿ ਮੈਂ ਘਰ ਦੇ ਅੰਦਰ ਪੈਰ ਧਰਿਆ ਹੀ ਸੀ ਕਿ ਅਚਾਨਕ ਮੇਰੀ ਅੱਖਾਂ ਸਾਹਮਣੇ ਤੇਜ਼ ਰੌਸ਼ਨੀ ਆ ਗਈ। ਮੈਂ ਕੁਝ ਸਮਝ ਨਹੀਂ ਸકી। ਉਦੋਂ ਤੱਕ ਸਭ ਕੁਝ ਸਫੈਦ ਹੋ ਗਿਆ। ਅਗਲੇ ਹੀ ਪਲ ਜ਼ੋਰਦਾਰ ਧਮਾਕਾ ਹੋਇਆ ਤੇ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਛਾ ਗਿਆ। ਉਹ ਕਹਿੰਦੇ ਨੇ ਕਿ ਸਾਨੂੰ 에ਅਰ ਰੇਡ ਸ਼ੈਲਟਰ ਦੇ ਬਾਰੇ ਵਿੱਚ ਦੱਸਿਆ ਗਿਆ ਸੀ। ਜਿਵੇਂ ਹੀ ਮੈਨੂੰ ਹੋਸ਼ ਆਇਆ ਮੈਂ ਆਪਣੀ ਮਾਂ ਦੀ ਭਾਲ ਕੀਤੀ। ਅਤੇ ਅਸੀਂ ਗੁਆਂਡ ਦੇ 에어 ਰੇਟ ਸ਼ੈਲਟਰ ਪਹੁੰਚ ਗਏ। ਉਹ ਕਹਿੰਦੇ ਨੇ ਕਿ ਮੈਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਮੈਂ ਮਾਊਂਟ ਕੌਨਪੀਰਾ ਦੀ ਵਜਨ ਹਲ ਬਚ ਗਈ। ਪਰ ਪਹਾੜ ਦੇ ਦੂਜੇ ਪਾਸੇ ਲੋਕ ਇੰਨੇ ਕਿਸਮਤ ਵਾਲੇ ਨਹੀਂ ਸਨ। ਉੱਥੇ ਤਬਾਹੀ ਹੋਈ ਸੀ। ਉਹ ਦੱਸਦੇ ਨੇ ਕਿ ਮੇਰੀ ਮਾਂ ਨੇ ਚਾਦਰਾਂ ਤੇ ਤੌਲੀਏ ਲਏ ਅਤੇ ਦੂਜੀਆਂ ਔਰਤਾਂ ਦੇ ਨਾਲ ਨੇੜੇ ਦੇ ਕਾਲਜ ਪਹੁੰਚ ਗਈ। ਉੱਥੇ ਕਾਫੀ ਲੋਕ ਇਕੱਠੇ ਸਨ। ਉਹ ਦੱਸਦੇ ਨੇ ਕੁਝ ਲੋਕਾਂ ਨੇ ਪਾਣੀ ਮੰਗਿਆ। ਮੈਂ ਉਹਨਾਂ ਨੂੰ ਪਾਣੀ ਦਿੱਤਾ। ਪਾਣੀ ਮੈਂ ਕੋਲ ਵਗਦੀ ਨਦੀ ਤੋਂ ਭਰਿਆ ਸੀ। ਪਾਣੀ ਦੇ ਘੁੱਟ ਭਰਦਿਆਂ ਹੀ ਉਹ ਮਰ ਗਏ ਇੱਕ ਤੋਂ ਬਾਅਦ ਇੱਕ ਲੋਕ ਮਰਦੇ ਗਏ ਗਰਮੀਆਂ ਦਾ ਸਮਾਂ ਸੀ ਕੀੜੇ ਅਤੇ ਬਦਬੂ ਦੇ ਡਰੋਂ ਲਾਸ਼ਾਂ ਦਾ ਤੁਰੰਤ ਅੰਤਮ ਸੰਸਕਾਰ ਕਰਨਾ ਪਿਆ